ਜੀ ਅਗਲੀ ਖਬਰ ਵੱਲ ਚਲਿਏ ਸੈਨੋਜ਼ੇ ਅਮਰੀਕਾ ਦੇ ਵਿੱਚ ਦੂਜਾ ਮਹਿੰਗਾ ਸ਼ਹਿਰ ਬਣਿਆ ਹੈ ਰੈਂਟ ਕਰਨ ਦੇ ਲਈ ਸੋ ਕਹਿੰਦੇ ਭਈ ਐਵਰੇਜ ਰੈਂਟ ਸੈਨੋਜ਼ੇ ਦੇ ਵਿੱਚ 3000 ਡਾਲਰ ਅਪਾਰਟਮੈਂਟ ਦਾ ਬਣਿਆ ਹੈ 1 ਬੈੱਡਰੂਮ ਦਾ ਠੀਕ ਆ ਸੋ 1 ਬੈੱਡਰੂਮ ਦਾ 3000 ਤੇ 59 ਡਾਲਰ ਇਹ ਕਿ ਬਹੁਤ ਜ਼ਿਆਦਾ ਐਕਸਪੈਂਸਿਵ ਆ ਨੈਸ਼ਨਲ ਲੈਵਲ ਤੇ ਕਹਿੰਦੇ ਦੇਖਿਆ ਜਾਵੇ 2000 ਡਾਲਰ ਪਰ ਮੰਤਾ ਪਰ ਕਈ ਸ਼ਹਿਰਾਂ ਚ ਤੁਹਾਨੂੰ ਪਤਾ ਵੀ ਸਸਤਾ ਵੀ ਹੈਗਾ ਆ ਅ ਸਾਨ ਫਰਾਂਸਿਸਕੋ ਸੈਨੋਜ਼ੇ ਮਿਆਮੀ ਨਿਊਯਾਰਕ ਤੇ ਲਾਸ ਐਂਜਲਸ ਇਹ 5 ਜਿਹੜੇ ਪੰਜ ਸ਼ਹਿਰ ਆ ਰੈਂਟ ਦੇ ਮੁਤਾਬਕ ਸਾਨ ਫਰਾਂਸਿਸਕੋ ਸਭ ਤੋਂ ਮਹਿੰਗਾ ਫਿਰ ਸੈਨੋਜ਼ੇ ਮਿਆਮੀ ਨਿਊਯਾਰਕ ਤੇ ਲਾਸ ਐਂਜਲਸ ਅ ਸੈਨੋਜ਼ੇ ਇਸ ਕਰਕੇ ਮਹਿੰਗਾ ਕਹਿੰਦੇ ਵੀ ਸ਼ਾਰਟੇਜ ਆਫ ਹਾਊਸਿੰਗ ਹੈਗੀ ਆ ਡਿਮਾਂਡ ਬਹੁਤ ਜ਼ਿਆਦਾ ਆ ਬੇਰੀਏ ਦੇ ਵਿੱਚ ਲੋਕਾਂ ਦੇ ਰਹਿਣ ਦੇ ਲਈ ਤੇ ਕੁਆਲਿਟੀ ਆਫ ਲਾਈਫ ਵੈਦਰ ਐਕਸੈਸ ਟੂ ਓਸ਼ਨ ਐਂਡ ਮਾਉਂਟੇਨਸ ਤੇ ਐਕਸੈਸ ਟੂ ਹਾਈ ਪੇਇੰਗ ਇੰਡਸਟਰੀ ਤੇ ਜਿਹੜੀਆਂ ਟੈਕ ਇੰਡਸਟਰੀ ਆ ਉਹਨਾਂ ਦੀਆਂ ਜੌਬਸ ਇਹਦੇ ਕਰਕੇ ਜਿਹੜਾ ਇੰਨਾ ਜ਼ਿਆਦਾ ਮਹਿੰਗਾ ਹੈਗਾ ਆ ਜੀ ਸੋ ਕਹਿੰਦੇ ਲੱਗਦਾ ਨਹੀਂ ਆਉਣ ਵਾਲੇ ਸਮੇਂ 'ਚ ਇਹ ਘਟੂਗਾ ਕਹਿੰਦੇ ਵੀ देयर इज नो ਲਾਈਟ ਐਟ ਦਾ ਐਂਡ ਆਫ ਦਾ ਟਨਲ ਸੋ ਟੈਕ ਕੰਪਨੀਆਂਜ਼ ਕਰਕੇ ਇੱਥੇ ਰੈਂਟ ਬਹੁਤ ਹਾਈ ਆ ਸੋ ਜਿਹੜੇ ਵੀ ਲੋਕ ਟੈਕ ਇੰਡਸਟਰੀ ਤੋਂ ਬਾਹਰ ਕੰਮ ਕਰਦੇ ਆ ਉਹਨਾਂ ਦਾ ਰਹਿਣਾ ਬਹੁਤ ਔਖਾ ਹੋਇਆ ਪਿਆ ਹੈਗਾ ਮਿਨੀਮਮ ਜੌਬ ਵਾਲਾ ਬੰਦਾ ਇੱਥੇ ਨਹੀਂ ਸਰਵਾਈਵ ਕਰ ਸਕਦਾ ਨਾ ਮਮਕਨ ਆ 3000 ਡਾਲਰ ਦਾ ਰੈਂਟ ਦੇਣ ਦੇ ਲਈ 200 ਘੰਟੇ 15 ਡਾਲਰ ਦੇ ਉੱਤੇ ਮਿਨੀਮਮ ਵੇਚ ਤੇ ਕੰਮ ਕਰਨਾ ਪਊਗਾ ਉਹ ਵੀ ਤੁਸੀਂ ਇਹ ਆਪਾਂ ਤਾਂ ਗੱਲ ਕਰ ਰਹੇ ਹਰਜੂ ਸਿੰਘ ਜੀ ਵੀ ਜੋ ਪੂਰੇ ਤੇ ਪੂਰੇ ਉਹਨੂੰ ਮਿਲਣਗੇ ਸਭ ਨੂੰ ਪਤਾ ਉਹਦੇ ਵਿੱਚ ਉਹ ਟੈਕਸ ਵੀ ਕੱਟਿਆ ਜਾਣਾ ਹੋਰ ਵੀ ਕਈ ਕੁਝ ਜਿਹੜਾ ਉਹ ਹੋਣਾ ਹੈ ਸੋ ਨਾ ਮਮਕਨ ਜਿਹੜੀ ਜਿਹੜੀ ਗੱਲ ਉਹ ਬਣਦੀ ਜਾ ਰਹੀ ਅੱਜ ਤੋਂ ਮੈਂ ਵੀ 15 ਸਾਲ 20 ਸਾਲ ਪਹਿਲਾਂ ਐਡੇ ਮਾੜੇ ਜਿਹੜੇ ਉਹ ਹਾਲਾਤ ਨਹੀਂ ਸੀਗੀ ਵੀ ਮਿਨਿਮਮ ਵੇਜ ਕਰਕੇ ਲੋਕ ਸਰਵਾਈਵ ਫਿਰ ਵੀ ਕਰੀ ਜਾ ਰਹੇ ਸੀ ਹੁਣ ਤਾਂ ਇੰਨੀ ਜ਼ਿਆਦਾ ਸਥਿਤੀ ਜਿਹੜੀ ਉੱਥੇ ਮਾੜੀ ਹੋ ਚੁੱਕੀ ਆ ਸੋ ਪੰਜ ਮੈਟਰੋ ਸਿਟੀਆਂ ਦੇ ਵਿੱਚੋਂ ਜਿਹੜੇ ਰੈਂਟ ਆ ਇਹ ਦੁਜੇ ਸਭ ਤੋਂ ਐਕਸਪੈਂਸਿਵ ਸੈਨੋਜ਼ੇ ਦੇ ਵਿੱਚ ਆਏ ਆ ਸੈਨ ਫਰਾਂਸਿਸਕੋ ਸੈਨੋਜ਼ੇ ਮਿਆਮੀ ਨਿਊਯਾਰਕ ਤੇ ਲਾਸ ਐਂਜਲਸ ਇਹ ਜਿਹੜੀ ਸਥਿਤੀ ਆ ਉਹ ਬਣੀ ਆ 1 ਬੈਡਰੂਮ ਦਾ ਸੋਚ ਕੇ ਹੀ ਦੇਖਣਾ ਵੀ 3 3000 ਤੇ 60 ਡਾਲਰ ਜਿਹੜਾ ਉਹ 1 ਬੈੱਡਰੂਮ ਦਾ ਐਵਰੇਜ ਪ੍ਰਾਈਸ ਜਿਹੜਾ ਉਹ ਹੋਵੇ ਕਿਦਾਂ ਸਰਵਾਈਵ ਕਰਨਾ ਆ ਕਈ ਲੋਕ ਇਹਨਾਂ ਤੋਂ ਵੱਡੇ ਵੱਡੇ ਘਰਾਂ ਦੇ ਵਿੱਚ ਇਸ ਤੋਂ ਵੀ ਅਧੀਆਂ ਤੋਂ ਵੀ 1/3 ਤੱਕ ਜਿਹੜੀਆਂ ਪੇਮੈਂਟਸ ਉਹਨਾਂ ਦੀਆਂ ਘਰ ਦੀਆਂ ਜਿਹੜੀਆਂ ਉਹ ਬਣੀਆਂ ਹੋਈਆਂ ਆ ਸੋ ਹਾਲਾਤ ਵੱਤੋਂ ਵੱੱਡੇ ਸ਼ਹਿਰਾਂ ਚ ਹੁੰਦੇ ਜਾ ਰਹੇ ਆ ਉਧਰ ਹਰਜੋਤ ਸਿੰਘ ਜੀ ਕੱਲ ਇੱਕ ਹੋਰ ਵੱਡੇ ਸ਼ਹਿਰਾਂ ਦੇ ਨਾਲ ਜੁੜੀ ਜਿਹੜੀ ਖਬਰ ਆਈ ਸੀ ਵੀ ਲੋਕਾਂ ਨੇ ਪੈਨਡੈਮਿਕ ਦੇ ਦੌਰਾਨ ਪਲਾਇਨ ਬਹੁਤ ਕੀਤਾ ਆ ਲਾਸ ਐਂਜਲਸ ਸ਼ਹਿਰ ਦੀ ਕੁੱਲ ਆਬਾਦੀ ਦੇ ਵਿੱਚੋਂ ਡੇਢ ਲੱਖ ਆਬਾਦੀ ਘਟ ਗਈ ਲੋਕ ਇੰਨੇ ਜ਼ਿਆਦਾ ਉੱਥੋਂ ਮੂਵ ਜਿਹੜੇ ਉਹ ਹੋ ਗਏ ਜਿੰਨੇ ਵੀ ਮੈਟਰੋ ਸ਼ਹਿਰ ਸੀਗੇ ਉਹਨਾਂ ਦੀ ਆਬਾਦੀ ਦੇ ਵਿੱਚ ਵੱਡੀ ਗਰਾਵਟ ਜਿਹੜੀ ਆ ਉਹ ਦਰਜ ਕਿੱਤੀ ਗਈ ਹੈਗੀ ਆ ਜੀ ਅਗਲੀ ਖਬਰ ਵੱਲ ਚਲਿਏ ਸੈਨੋਜ਼ੇ ਅਮਰੀਕਾ ਦੇ ਵਿੱਚ ਦੂਜਾ ਮਹਿੰਗਾ ਸ਼ਹਿਰ ਬਣਿਆ ਹੈ ਰੈਂਟ ਕਰਨ ਦੇ ਲਈ ਸੋ ਕਹਿੰਦੇ ਭਈ ਐਵਰੇਜ ਰੈਂਟ ਸੈਨੋਜ਼ੇ ਦੇ ਵਿੱਚ 3000 ਡਾਲਰ ਅਪਾਰਟਮੈਂਟ ਦਾ ਬਣਿਆ ਹੈ 1 ਬੈਡਰੂਮ ਦਾ ਠੀਕ ਆ ਸੋ 1 ਬੈਡਰੂਮ ਦਾ 3000 ਤੇ 59 ਡਾਲਰ ਇਹ ਕਿ ਬਹੁਤ ਜ਼ਿਆਦਾ ਐਕਸਪੈਂਸਿਵ ਆ ਅ ਨੈਸ਼ਨਲ ਲੈਵਲ ਤੇ ਕਹਿੰਦੇ ਦੇਖਿਆ ਜਾਵੇ 2000 ਡਾਲਰ ਪਰ ਮੰਥ ਪਰ ਕਈ ਸ਼ਹਿਰਾਂ ਚ ਤੁਹਾਨੂੰ ਪਤਾ ਵੀ ਸਸਤਾ ਵੀ ਹੈਗਾ ਆ ਅ ਸੋ ਸੈਨ ਫਰਸਿਸਕੋ ਸੈਨੋਜ਼ੇ ਮਿਆਮੀ ਨਿਊਯਾਰਕ ਤੇ ਲਾਸ ਐਂਜਲਸ ਇਹ 5 ਜਿਹੜੇ ਪੰਜ ਸ਼ਹਿਰ ਆ ਰੈਂਟ ਦੇ ਮੁਤਾਬਕ ਸੈਨ ਫਰਸਿਸਕੋ ਸਭ ਤੋਂ ਮਹਿੰਗਾ ਫਿਰ ਸੈਨੋਜ਼ੇ ਮਿਆਮੀ ਨਿਊਯਾਰਕ ਤੇ ਲਾਸ ਐਂਜਲਸ ਸੈਨੋਜ਼ੇ ਇਸ ਕਰਕੇ ਮਹਿੰਗਾ ਕਹਿੰਦੇ ਵੀ ਸ਼ਾਰਟੇਜ ਆਫ ਹਾਊਸਿੰਗ ਹੈਗੀ ਆ ਡਿਮਾਂਡ ਬਹੁਤ ਜ਼ਿਆਦਾ ਆ ਬੇਰੀਏ ਦੇ ਵਿੱਚ ਲੋਕਾਂ ਦੇ ਰਹਿਣ ਦੇ ਲਈ ਤੇ ਕੁਆਲਿਟੀ ਆਫ ਲਾਈਫ ਵੈਦਰ ਐਕਸੈਸ ਟੂ ਓਸ਼ਨ ਐਂਡ ਮਾਊਂਟੇਨਸ ਤੇ ਐਕਸੈਸ ਟੂ ਹਾਈ ਪੇਇੰਗ ਇੰਡਸਟਰੀ ਤੇ ਜਿਹੜੀਆਂ ਟੈਕ ਇੰਡਸਟਰੀ ਆ ਉਹਨਾਂ ਦੀਆਂ ਜੋਬਸ ਇਹਦੇ ਕਰਕੇ ਜਿਹੜਾ ਇੰਨਾ ਜ਼ਿਆਦਾ ਮਹਿੰਗਾ ਹੈਗਾ ਆ ਜੀ ਸੋ ਕਹਿੰਦੇ ਲੱਗਦਾ ਨਹੀਂ ਆਉਣ ਵਾਲੇ ਸਮੇਂ 'ਚ ਇਹ ਘਟੂਗਾ ਕਹਿੰਦੇ ਵੀ देयर इज नो ਲਾਈਟ ਐਟ ਦ ਐਂਡ ਆਫ ਦ ਟਨਲ ਸੋ ਟੈਕ ਕੰਪਨੀਆਂਜ਼ ਕਰਕੇ ਇੱਥੇ ਰੈਂਟ ਬਹੁਤ ਹਾਈ ਆ ਸੋ ਜਿਹੜੇ ਵੀ ਲੋਕ ਟੈਕ ਇੰਡਸਟਰੀ ਤੋਂ ਬਾਹਰ ਕੰਮ ਕਰਦੇ ਆ ਉਹਨਾਂ ਦਾ ਰਹਿਣਾ ਬਹੁਤ ਔਖਾ ਹੋਇਆ ਪਿਆ ਹੈਗਾ ਮਿਨੀਮਮ ਜੌਬ ਵਾਲਾ ਬੰਦਾ ਇੱਥੇ ਨਹੀਂ ਸਰਵਾਈਵ ਕਰ ਸਕਦਾ ਨਾ ਮਮਕਿਨ ਆ 3000 ਡਾਲਰ ਦਾ ਰੈਂਟ ਦੇਣ ਦੇ ਲਈ 200 ਘੰਟੇ 15 ਡਾਲਰ ਦੇ ਉੱਤੇ ਮਿਨੀਮਮ ਵੇਚ ਤੇ ਕੰਮ ਕਰਨਾ ਪਊਗਾ ਉਹ ਵੀ ਤੁਸੀਂ ਇਹ ਆਪਾਂ ਤਾਂ ਗੱਲ ਕਰ ਰਹੇ ਹਰਜੂ ਸਿੰਘ ਜੀ ਵੀ ਜੋ ਪੂਰੇ ਤੇ ਪੂਰੇ ਉਹਨੂੰ ਮਿਲਣ ਗਿਆ ਸਭ ਨੂੰ ਪਤਾ ਉਹਦੇ ਵਿੱਚੋਂ ਟੈਕਸ ਵੀ ਕੱਟਿਆ ਜਾਣਾ ਹੋਰ ਵੀ ਕਈ ਕੁਝ ਜਿਹੜਾ ਉਹ ਹੋਣਾ ਹੈ ਸੋ ਆ ਨਾ ਮੁਮਕਨ ਜਿਹੜੀ ਜਿਹੜੀ ਗੱਲ ਉਹ ਬਣਦੀ ਜਾ ਰਹੀ ਹੈ ਅੱਜ ਤੋਂ ਮੇ ਵੀ 15 ਸਾਲ 20 ਸਾਲ ਪਹਿਲਾਂ ਐਡੇ ਮਾੜੇ ਜਿਹੜੇ ਉਹ ਹਾਲਾਤ ਨਹੀਂ ਸੀਗੀ ਵੀ ਮਿਨਿਮਮ ਵੇਜ ਕਰਕੇ ਲੋਕ ਸਰਵਾਈਵ ਫਿਰ ਵੀ ਕਰੀ ਜਾ ਰਹੇ ਸੀ ਹੁਣ ਤਾਂ ਇੰਨੀ ਜ਼ਿਆਦਾ ਸਥਿਤੀ ਜਿਹੜੀ ਉੱਥੇ ਮਾੜੀ ਹੋ ਚੁੱਕੀ ਆ ਸੋ ਪੰਜ ਮੈਟਰੋ ਸਿਟੀਆਂ ਦੇ ਵਿੱਚੋਂ ਜਿਹੜੇ ਰੈਂਟ ਆ ਇਹ ਦੁਜੇ ਸਭ ਤੋਂ ਐਕਸਪੈਂਸਿਵ ਸੈਨੋਜ਼ੇ ਦੇ ਵਿੱਚ ਆਏ ਆ ਸੈਨ ਫਰਾਂਸਿਸਕੋ ਸੈਨੋਜ਼ੇ ਮਿਆਮੀ ਨਿਊਯਾਰਕ ਤੇ ਲਾਸ ਐਂਜਲਸ ਇਹ ਜਿਹੜੀ ਸਥਿਤੀ ਆ ਉਹ ਬਣੀ ਹੈ 1 ਬੈਡਰੂਮ ਦਾ ਸੋਚ ਕੇ ਹੀ ਦੇਖਣਾ ਵੀ 3 3000 ਤੇ 60 ਡਾਲਰ ਜਿਹੜਾ 1 ਬੈਡਰੂਮ ਦਾ ਐਵਰੇਜ ਪ੍ਰਾਈਸ ਜਿਹੜਾ ਉਹ ਹੋਵੇ ਕਿੱਦਾਂ ਸਰਵਾਈਵ ਕਰਨਾ ਹੈ ਕਈ ਲੋਕ ਇਹਨਾਂ ਤੋਂ ਵੱਡੇ-ਵੱਡੇ ਘਰਾਂ ਦੇ ਵਿੱਚ ਇਸ ਤੋਂ ਵੀ ਅਧੀਆਂ ਤੋਂ ਵੀ 1/3 ਤੱਕ ਜਿਹੜੀਆਂ ਪੇਮੈਂਟਸ ਉਹਨਾਂ ਦੀਆਂ ਘਰ ਦੀਆਂ ਜਿਹੜੀਆਂ ਉਹ ਬਣੀਆਂ ਹੋਈਆਂ ਆ ਸੋ ਹਾਲਾਤ ਵੱਤ ਤੋਂ ਵੱੱਡੇ ਸ਼ਹਿਰਾਂ 'ਚ ਹੁੰਦੇ ਜਾ ਰਹੇ ਆ ਉਧਰ ਹਰਜੋਤ ਸਿੰਘ ਜੀ ਕੱਲ ਇੱਕ ਹੋਰ ਵੱਡੇ ਸ਼ਹਿਰਾਂ ਦੇ ਨਾਲ ਜੁੜੀ ਜਿਹੜੀ ਖਬਰ ਆਈ ਸੀ ਵੀ ਲੋਕਾਂ ਨੇ ਪੈਨਡੈਮਿਕ ਦੇ ਦੌਰਾਨ ਪਲਾਈਨ ਬਹੁਤ ਕੀਤਾ ਆ ਲਾਸ ਐਂਜਲਸ ਸ਼ਹਿਰ ਦੀ ਕੁੱਲ ਆਬਾਦੀ ਦੇ ਵਿੱਚੋਂ 1.5 ਲੱਖ ਆਬਾਦੀ ਘਟ ਗਈ ਲੋਕ ਇੰਨੇ ਜਿਆਦਾ ਉਥੋਂ ਮੂਵ ਜਿਹੜੇ ਉਹ ਹੋ ਗਏ ਜਿੰਨੇ ਵੀ ਮੈਟਰੋ ਸ਼ਹਿਰ ਸੀਗੇ ਉਹਨਾਂ ਦੀ ਆਬਾਦੀ ਦੇ ਵਿੱਚ ਵੱਡੀ ਗ੍ਰਾਵਿਟ ਜਿਹੜੀ ਆ ਉਹ ਦਰਜ ਕੀਤੀ ਗਈ ਹੈਗੀ